ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਅੱਜ ਕੱਲ ਲੋਕਾਂ ਲਈ ਪੈਸਾ ਤੇ ਜ਼ਮੀਨ ਜਾਇਦਾਦ ਹੀ ਮੁੱਖ ਹੋ ਗਿਆ ਹੈ, ਜਿਸ ਕਰਕੇ ਰਿਸ਼ਤਿਆਂ ਨੂੰ ਹੀ ਭੁੱਲਦੇ ਜਾ ਰਹੇ ਹਨ। ਕੁਝ ਅਜਿਹਾ ਮਾਮਲਾ ਥਾਣਾ ਸਦਰ ਅਹਿਮਦਗੜ੍ਹ ਵਿੱਚ ਪੈਂਦੇ ਪਿੰਡ ਭੋਗੀਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਪਰਿਵਾਰਾਂ ਦੇ ਆਪਸੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਸਕੀਆਂ ਭੈਣਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਕੋਈ ਭਰਾ ਵੀ ਨਹੀਂ। ਛੋਟੀ ਭੈਣ ਨੇ ਦੱਸਿਆ, ਸਵੇਰੇ ਜਦ ਉਹ ਨਹਾਉਣ ਲੱਗੀ ਤਾਂ ਮੇਰੀ ਵੱਡੀ ਭੈਣ ਨੇ ਮੈਨੂੰ ਆਵਾਜ਼ ਮਾਰੀ ਕਿ ਤੇਰੀ ਵੀਡੀਓ ਬਣ ਰਹੀ ਹੈ। ਜਦੋਂ ਮੈਂ ਪਿੱਛੇ ਦੇਖਿਆ ਤਾਂ ਮੇਰੇ ਹੀ ਸਕੇ ਚਾਚੇ ਦਾ ਮੁੰਡਾ, ਜੋ ਕਿ ਮੇਰਾ ਭਰਾ ਲੱਗਦਾ ਹੈ, ਉਹ ਵੀਡੀਓ ਬਣਾ ਰਿਹਾ ਸੀ ਤੇ ਜਦੋਂ ਮੈਂ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗਾ ਤੇ ਮੇਰੀ ਕੁੱਟਮਾਰ ਵੀ ਕੀਤੀ। ਉਧਰੋਂ ਜਦੋਂ ਦੂਜੀ ਧਿਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਪੱਤਰਕਾਰਾਂ ਨਾਲ ਵੀ ਬਦਤਮੀਜ਼ੀ ਨਾਲ ਗੱਲ ਕੀਤੀ ਤੇ ਕਾਫੀ ਸਮਾਂ ਸਮਝਾਉਣ ਤੋਂ ਬਾਅਦ ਆਪਣਾ ਪੱਖ ਰੱਖਿਆ ਤੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਵਿਅਕਤੀ ਮੀਡੀਆ ਨਾਲ ਇਸ ਤਰ੍ਹਾਂ ਪੇਸ਼ ਆਇਆ ਹੈ ਤਾਂ ਉਹ ਆਪਣੇ ਤਾਏ ਦੀਆਂ ਕੁੜੀਆਂ, ਜੋ ਉਸਦੀਆਂ ਭੈਣਾਂ ਲੱਗਦੀਆਂ, ਉਹਨਾਂ ਨਾਲ ਕੀ ਕਰਦਾ ਹੋਵੇਗਾ। ਇਹ ਵੀ ਚਿੰਤਾ ਦਾ ਵਿਸ਼ਾ ਹੈ। ਉਧਰ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੀੜਤਾਂ ਦੇ ਬਿਆਨ ਹੋ ਚੁੱਕੇ ਹਨ, ਉਹਨਾਂ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਹਿਮਦਗੜ੍ਹ ਤੋਂ ਰਣਜੀਤ ਸਿੰਘ ਦੀ ਖਾਸ ਰਿਪੋਰਟ। ਮੇਰਾ ਨਾਮ ਜੀ ਮਨਪ੍ਰੀਤ ਕੌਰ। ਮੇਰੇ ਮੈਂ ਭੋਗੀ ਵਾਲ ਪਿੰਡ 'ਚ ਰਹਿ ਰਹੀ ਹਾਂਗੀ। ਇਸ ਟਾਈਮ ਮੇਰੇ ਮੈਂ ਵਿਆਹੀ ਜੀ ਪਿੰਡ ਮੁੱਲਾਪੁਰ ਹੋਈ ਹਾਂਗੀ। ਭੋਗੀਵਾਲ ਜੀ, ਅੱਜ ਸਵੇਰੇ ਮੈਂ ਨਹਾਉਣ ਚਲੀ ਗਈ। ਇਹਨਾਂ ਦਾ 15 ਤਰੀਕ ਨੂੰ ਇਹਨਾਂ ਨੇ ਝੂਠਾ ਫਰਜ਼ੀ ਬਰੰਟ ਕਬਜ਼ਾ ਲਿਆਂਦਾ। ਆਹ ਕੰਧਾਂ ਕੁੰਧਾਂ ਸਾਡੀਆਂ, ਮਤਲਬ ਸ਼ਾਮ ਦੇ ਟਾਈਮ, ਇਹ ਜੀ ਸਾਡੇ ਚਾਚਾ ਜੀ ਨੇਗੇ ਅਤੇ ਉਹਦਾ ਪੁੱਤਰ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ। ਇਹਨਾਂ ਨੇ ਟਰੈਕਟਰ ਮਾਰ ਮਾਰ ਸਾਡੀਆਂ ਸਾਰੀਆਂ ਕੰਧਾਂ ਢਾਹ ਕੇ ਕਬਜ਼ਾ ਲਿਆ। ਕੋਈ ਗੇਟਾਂ ਰਾਹੀਂ ਨਹੀਂ ਆਏ ਸਾਡੇ ਅੰਦਰ, ਕੰਧ ਢਾਈ, ਫਿਰ ਇਹਨਾਂ ਨੇ ਸਾਡੇ ਗੇਟ, ਉਹ ਸਾਡੇ ਕੋਲ ਬਕਾਇਦਾ ਪਰੂਫ ਨੇਗੇ। ਫਿਰ ਅੱਜ ਜੀ ਇਹਨਾਂ ਨੇ, ਮੈਂ ਸਵੇਰੇ ਨਹਾਉਣ ਗਈ, ਚਲੋ ਸਵੇਰ ਦਾ ਟਾਈਮ ਸੀ, ਮੈਂ ਨਹੀਂ ਆਸ ਗਵਾਂਢ 'ਤੇ ਗਈ ਹੈਗੀ ਵੀ ਸਵੇਰ ਦਾ ਟਾਈਮ ਆ, ਮੈਂ ਆਸ ਆਲਾ ਦੁਆਲਾ ਦੇਖ ਕੇ ਗਈ ਹਾਂ ਵੀ ਕੋਈ ਮੈਨੂੰ ਦੇਖ ਨਹੀਂ ਰਿਹਾ ਹੈਗਾ, ਮੈਂ ਬਸ ਨਹਾ ਕੇ ਵਾਪਸ ਆ ਜਾਊ 5 ਮਿੰਟ 'ਚ। ਅਤੇ ਚਲੋ ਜਦੋਂ ਮੈਂ ਬਾਹਰ ਨਿਕਲੀ, ਮੈਂ ਨਹਾਉਣ ਗਈ, ਮੀਨਜ਼ ਮਤਲਬ ਮੇਰੀ ਭੈਣ ਨੇ ਮਗਰੋਂ ਰੌਲਾ ਪਾਤਾ, ਕਹਿੰਦੀ ਕੱਪੜੇ ਪਾ ਲਾ, ਤੇਰੀ ਵੀਡੀਓ ਬਣ ਰਹੀ ਆ। ਜਦੋਂ ਮੈਂ ਇਹ ਵੀਡੀਓ ਜੀ ਅਮਨਦੀਪ ਸਿੰਘ ਬਣਾ ਰਿਹਾ ਸੀ, ਪੁੱਤਰ ਰਸ਼ਪਾਲ ਸਿੰਘ, ਅਤੇ ਰਸ਼ਪਾਲ ਸਿੰਘ ਉਹਦੇ ਮਗਰ ਖੜਾ ਸੀ। ਫਿਰ ਜੀ ਮੈਂ ਜਦੋਂ ਕੱਪੜੇ ਪਾ ਕੇ ਬਾਹਰ ਆਈ, ਮੈਂ ਉਹਦੀ ਰਿਕੁਐਸਟ ਕੀਤੀ, ਵੀਰੇ ਮੇਰੀ ਵੀਡੀਓ ਡਿਲੀਟ ਕਰ ਦੇ, ਦੇਖੋ ਮੈਂ ਮੈਰਿਡ ਆਂਗੀ, ਮੈਂ ਬਹੁਤ ਰਿਕੁਐਸਟ ਕੀਤੀ। ਉਹਨੇ ਕਿਹਾ, ਕਹਿੰਦਾ ਕੰਧਾਂ, ਅੱਜ ਮੇਰੀ ਕੰਧ ਕਰਵਾ ਦਿਉ ਤੁਸੀਂ, ਮੇਰਾ ਕਬਜ਼ਾ ਦਵਾ, ਜਿੱਥੇ ਮੇਰਾ ਕਬਜ਼ਾ ਹੈਗਾ ਮੇਰਾ, ਮੈਂ ਅੱਜ ਕੰਧ ਕੱਢੂੰਗਾ, ਜਾਂ ਤਾਂ ਮੇਰੀ ਕੰਧ ਕਰਾ ਦਿਉ, ਨਹੀਂ ਮੈਂ ਤੁਹਾਡੀ ਵੀਡੀਓ ਇੱਕ ਸ਼ਰਾਰਤੀ ਅਨਸਰਾਂ ਨੂੰ ਪਾਊਂਗਾ, ਮੈਂ ਤੁਹਾਡੀ ਵੀਡੀਓ ਵਾਇਰਲ ਕਰੂੰ। ਮੈਂ ਕਿਹਾ ਵਾਇਰਲ ਕਰਨ ਦਾ ਤੁਹਾਡੇ ਕੋਲ ਅਧਿਕਾਰ ਨਹੀਂ। ਕਹਿੰਦਾ ਮੈਂ ਇਹੋ ਜਿਹੇ ਮੁੰਡਿਆਂ ਕੋਲ ਪਾਊਂ ਜਿਹੜੀ ਤੁਹਾਡੀ ਵੀਡੀਓ ਕਿਤੇ ਦੀ ਕਿਤੇ ਪਹੁੰਚ ਜੂ। ਮੈਂ ਉਹਨਾਂ ਦੀ ਬਹੁਤ ਰਿਕੁਐਸਟ ਕੀਤੀ ਵੀ ਵੀਰੇ ਤੂੰ ਐਵੇਂ ਨਾ ਕਰ, ਵੀ ਦੇਖ ਅਸੀਂ ਤੇਰੀਆਂ ਭੈਣਾਂ, ਵੀ ਐਵੇਂ ਸਾਡੇ ਨਾਲ ਧੱਕਾ ਕਿਉਂ ਕਰ ਰਹੇ ਹੈਗਾ। ਫਿਰ ਜੀ ਜਦੋਂ ਉਹ ਫਿਰ ਅੰਦਰ ਆਇਆ, ਅੰਦਰ ਆ ਕੇ ਕਹਿੰਦਾ ਹੁਣ ਮੈਂ ਧੱਕਾ ਕਰਨ 'ਤੇ ਆਇਆ, ਉਹਨੇ ਮੇਰਾ ਕਮੀਜ਼ ਫਾੜਤਾ। ਜਦੋਂ ਮੈਂ ਮੋੜਨ ਲੱਗੀ, ਮੇਰੇ ਇੱਟ ਮਾਰੀ, ਮਗਰ ਮੇਰੇ ਐਡਾ ਜੀ ਹੁਣ ਗੁੰਬੜ ਬਣਿਆ ਹੋਇਆ ਹੈਗਾ ਇਸ ਵਕਤ। ਅਤੇ ਫਿਰ ਮੇਰਾ ਇੰਨਾ ਜ਼ਿਆਦਾ, ਮਤਲਬ ਮੈਂ ਉਹਦੀ ਮਿਹਨਤ ਵੀ ਬਹੁਤ ਕੀਤੀ, ਜਦੋਂ ਉਹਨੇ ਕੋਈ ਮੰਨੀ ਨਹੀਂ ਹੈਗੀ, ਉਹ ਕੈਮਰੇ ਦੇ ਸਾਹਮਣੇ ਬੋਲਦਾ ਨਹੀਂ, ਬਾਅਦ ਵਿੱਚ ਸਾਨੂੰ ਗਾਲੀ ਗਲੋਚ ਵੀ ਕਰਦਾ ਗਾ, ਸਾਨੂੰ ਰਾਤ ਨੂੰ ਉਹ ਤੋਂ ਬਹੁਤ ਖਤਰਾ ਬਣਿਆ ਰਹਿੰਦਾ। ਹੁਣ ਨਹੀਂ ਜੀ, ਸਾਨੂੰ 1 ਸਾਲ ਤੋਂ ਹੀ ਉਹ ਤੋਂ ਬਹੁਤ ਖਤਰਾ ਬਣਿਆ ਹੋਇਆ ਸੀ, ਪਰ ਅਸੀਂ ਦਰਖਾਸਤਾਂ ਵੀ ਦਿੰਦੇ ਰਹੇ, ਸਭ ਕੁਛ ਕਰਦੇ ਰਹੇ, ਆਹ ਹੁਣ ਜਿਹੜਾ ਹੋਇਆ ਇਹ ਬਹੁਤ ਅਣਹੋਣੀ ਹੋਈ ਆ ਸਾਡੇ ਨਾਲ। ਸਾਡੇ ਪਾਪਾ ਜੀ ਨਹੀਂ ਹੈਗੇ, ਸਾਡੇ ਬ੍ਰਦਰ ਨਹੀਂ, ਅਸੀਂ 4 ਭੈਣਾਂ ਗੇ, ਅਸੀਂ ਇੱਕ ਬੇਬਸ ਪਰਿਵਾਰ ਹਾਂ ਜਿਹਦਾ ਸਹਾਰਾ ਕੋਈ ਨਹੀਂ ਹੈਗਾ। ਹੁਣ ਸਾਡੇ ਨਾਲ ਸਾਡਾ ਨਗਰ ਖੜਾ, ਅਸੀਂ ਆਪਦੇ ਨਗਰ ਦੇ ਧੰਨਵਾਦੀ ਹਾਂ, ਜਿਹੜਾ ਮੇਰੇ ਰੌਲਾ ਪਾਉਣ 'ਤੇ 1 ਮਿੰਟ 'ਚ ਇਕੱਠਾ ਹੋ ਗਿਆ। ਮੈਂ ਜੀ ਇਹੀ ਮੰਗ ਕਰਦੀ ਹਾਂ, ਮੈਂ ਹੁਣ ਪੁਲਿਸ 'ਚ ਆਪਣੇ ਬਿਆਨ, ਉਹ ਮੇਰੇ ਘਰ ਤੋਂ, ਮੈਂ ਕਿਉਂਕਿ ਮੇਰੀ ਹਾਲਾਤ ਜਾਣਦੀ ਨਹੀਂ ਸੀ, ਉਹ ਮੇਰੇ ਘਰ ਤੋਂ ਬਿਆਨ ਲਿਖ ਕੇ ਲੈ ਗਏ ਨੇ, ਮੈਂ ਹੁਣ ਇਹ ਪੁਲਿਸ ਤੋਂ, ਕਾਨੂੰਨ ਤੋਂ ਅਤੇ ਆਪਣੀ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਇਹਨਾਂ ਨੇ ਸਾਡੇ ਨਾਲ ਨਜਾਇਜ਼ ਕੀਤੀ, ਬਹੁਤ ਨਜਾਇਜ਼ ਧੱਕਾ ਕੀਤਾ ਸਾਡੇ ਨਾਲ। ਸਾਡੀਆਂ ਦੇਖੋ ਵੀਡੀਓ ਬਣਾਈਆਂ, ਜੋ ਕਿ ਇੱਕ ਬਹੁਤ ਹੀ ਗੈਰ ਕਾਨੂੰਨੀ ਕੰਮ ਹੈਗਾ,
ਇਹ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਤਾਂ ਕਾਫੀ ਟਾਈਮ ਤੋਂ ਹੀ ਕਰ ਰਹੇ ਸੀ, ਹੁਣ ਇਹ ਇਸ ਹੱਦ ਤੱਕ ਆ ਗਏ ਨੇ। ਇਹਨਾਂ ਨੇ ਸਾਡੀਆਂ ਅੱਜ ਮੇਰੀ ਨੌਂਦੀ ਦੀ ਵੀਡੀਓ ਬਣਾ ਲਈ। ਮੇਰੀ ਰਿਕੁਐਸਟ ਆ ਗਈ ਕਿ ਪੰਜਾਬ ਸਰਕਾਰ ਸਾਡਾ ਕਾਨੂੰਨ ਸਾਨੂੰ ਇਨਸਾਫ ਦੇਵੇ। ਗੁਰਜੀਤ ਕੌਰ ਜੀ ਭੋਗੀਵਾਲ ਸਰ ਜੀ, 15 ਤਰੀਕ ਨੂੰ ਮੈਂ ਹਾਈਕੋਰਟ ਚੰਡੀਗੜ੍ਹ ਤਰੀਕ 'ਤੇ ਗਈ ਹੋਈ ਸੀ। ਮੇਰੇ ਗਈ ਤੋਂ ਬਾਅਦ ਮੇਰੀ ਆਣ ਗਾਲੀ ਤੋਂ ਮਗਰੋਂ ਇਹਨਾਂ ਨੇ ਇਹ ਸਾਰਾ ਕੁਛ ਕੀਤਾ। ਮੇਰੇ ਘਰ ਹੈ ਨਹੀਂ ਸੀ, ਮੈਂ ਧੱਕੇ ਨਾਲ ਉੱਧਰਲੇ ਗੇਟ 'ਚ ਵੜ ਕੇ ਟਰੈਕਟਰ ਮਾਰ ਕੇ ਧਮਕੀਆਂ ਦੇ ਕੇ ਮੇਰੀ ਭੈਣ ਨੂੰ ਮਨਪ੍ਰੀਤ ਨੂੰ ਅਤੇ ਮੇਰੀ ਮੰਮੀ ਨੂੰ ਦੱਬ ਕੇ ਦੇ ਕੇ ਇਹ ਸਾਰਾ ਕੁਛ ਕਰਿਆ ਇਹਨਾਂ ਨੇ। ਜਦ ਮੈਂ ਆ ਕੇ ਇਹਨਾਂ ਨੂੰ ਬੋਲੀ ਮੈਨੂੰ ਕੋਈ ਰਿਕਾਰਡ ਵਗੈਰਾ ਦੇਵੋ ਵੀ ਤੁਹਾਡੇ ਕੋਲ ਕੀ ਪਰੂਫ ਨੇ, ਫਿਰ ਜਦ ਹੀ ਉਹ ਭੱਜ ਗਏ ਨੇ। ਅੱਜ ਦੀ ਘਟਨਾ ਜੀ, ਮੇਰੀ ਮੈਂ ਅੰਦਰੋਂ ਚਾਹ ਲੈਣ ਚਲ ਗਈ, ਸਿਸਟਰ ਮੇਰੀ ਨਹਾਉਣ ਗਏ ਹੋਏ ਸੀਗੇ, 6:30 ਦਾ ਟਾਈਮ ਸੀ ਸਵੇਰ ਦਾ ਜੀ, ਅਤੇ ਸਰ ਇਹਨਾਂ ਨੇ ਇੱਥੇ ਖੜ੍ਹ ਕੇ ਵੀਡੀਓ ਬਣਾਈਆਂ ਨੇ, ਫਿਰ ਹੱਥੋਂ ਪਾਈ ਕਰੀ ਹੈਗੀ। ਫਿਰ ਉਸ ਤੋਂ ਬਾਅਦ ਸਾਨੂੰ ਬੋਲੇ ਨੇ ਬਿਜਲੀ ਦੀਆਂ ਤਾਰਾਂ ਤੂਰਾਂ ਟੈਂਕੀ ਵਗੈਰਾ ਸਾਰਾ ਕੁਛ ਬਾਅਦ 'ਚ ਇਹਨਾਂ ਨੇ ਭੰਨਿਆ, ਅਤੇ ਧਮਕੀਆਂ ਸਾਨੂੰ ਬਹੁਤ ਦੇ ਰਹੇ ਨੇਗੇ। ਮੰਗ ਅਸੀਂ ਇਹ ਕਰਦੇ, ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ, ਜੋ ਸਾਡੇ ਨਾਲ ਧੱਕਾ ਹੋਇਆ ਉਹ 'ਤੇ ਕਾਰਵਾਈ ਕੀਤੀ ਜਾਵੇ ਜੀ। ਹੁਣ ਸਾਡੇ ਮੰਮਾ ਹੀ ਬਜ਼ੁਰਗ ਨੇ, ਬਾਥਰੂਮ ਵਗੈਰਾ ਸਾਡੇ ਚੈੱਕ ਕੀਤੇ ਜਾਣ, ਵੀ ਅਸੀਂ ਬਾਥਰੂਮ ਵਗੈਰਾ ਨਹਾਉਣ ਧੋਣ ਤੋਂ ਵੀ ਬਹੁਤ ਔਖੇ ਹਾਂ। ਪਰਸੋਂ ਤਾਂ ਅਸੀਂ ਨਹਾਤੇ ਧੋਤੇ ਹੋਏ ਹਾਂ, ਪਾਣੀ ਦੀ ਸਾਡੇ ਘਰ ਇੱਕ ਘੁੱਟ ਨਹੀਂ, ਚਾਹ ਵੀ ਹੁਣ ਕਿਤੋਂ ਬਣ ਕੇ ਆ ਰਹੀ ਹੈ ਸਾਡੀ। ਮੇਰਾ ਨਾਮ ਅਮਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਬੁਰਜਗਲ, ਜ਼ਿਲ੍ਹਾ ਪ੍ਰਧਾਨ ਮਰੇਲ ਕੋਲ ਆ। ਅਸੀਂ ਅੱਜ ਇੱਥੇ ਭੋਗੀਵਾਲ ਪਿੰਡ ਪਹੁੰਚੇ ਹਾਂ, ਜਿਹੜਾ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਹੈ ਜ਼ਮੀਨੀ ਮਸਲੇ ਨੂੰ ਲੈ ਕੇ। ਇੱਥੇ ਦੋ ਕੁੜੀਆਂ ਸਕੀਆਂ ਭੈਣਾਂ, ਉਹਨਾਂ ਦੇ ਫਾਦਰ ਐਕਸਪਾਇਰ ਹੋ ਚੁੱਕੇ, ਆਪਣੀ ਮਾਤਾ ਨਾਲ ਰਹਿ ਰਹੀਆਂ ਨੇ, ਅਤੇ ਉਹਨਾਂ ਦੇ ਉਹਨਾਂ ਚਾਚਾ ਜ਼ੁਲਮ ਕਰ ਰਿਹਾ। ਆ ਕੱਲ੍ਹ ਪਰਸੋਂ ਦੀ ਮਤਲਬ ਟਰੈਕਟਰ ਮਾਰ ਕੇ ਇਹਨਾਂ ਦਾ ਇੱਕ ਮਕਾਨ ਢਾਹੇ ਗਏ ਨੇ ਅਤੇ ਬਾਥਰੂਮ ਤੋੜੇ ਗਏ ਨੇ, ਜਿਹੜਾ ਜਿਹਨੂੰ ਕਹਿੰਦੇ ਨੇ ਇਹ ਡੀ ਸੀ ਸਾਹਿਬ ਦੇ ਕਬਜ਼ਾ ਪ੍ਰੰਟ ਸੀਗੇ। ਅਤੇ ਇਹ ਚੋਰਾਂ ਵਾਂਗੂੰ ਸ਼ਾਮ ਨੂੰ ਆਏ ਬੰਦੇ ਇੱਥੇ ਅਮਲੇ ਵਾਲੇ, ਇਹਨਾਂ ਨੇ ਇੱਧਰ ਦੀ ਦਾਖਲ ਹੋ ਕੇ ਦੂਜੇ ਰਸਤੇ ਰਾਹੀਂ ਟਰੈਕਟਰ ਮਾਰ ਕੇ ਇਹਨਾਂ ਦੇ ਮਤਲਬ ਕੰਧਾਂ ਢਾਹਤੀਆਂ, ਬਾਥਰੂਮ ਤੋੜੇ ਨੇ, ਬਾਕੀ ਗਾਲੀ ਗਲੋਚ ਵੀ ਕੁੜੀਆਂ ਨੂੰ ਕੀਤਾ। ਇਹਦੀ ਬੀਕੇ ਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ ਹੋਣ ਨਾਤੇ ਅਸੀਂ ਸਾਡੇ 'ਚ ਸਾਰੀ ਯੂਨੀਅਨ ਖੜ੍ਹੀ ਹੈ, ਇਹਦੀ ਅਸੀਂ ਨਿਖੇਧੀ ਕਰਦੇ ਹਾਂ ਬਿਲਕੁਲ। ਅਸੀਂ ਇਹ ਕਬਜ਼ੇ ਨੂੰ ਕਬਜ਼ਾ ਨਹੀਂ ਮੰਨਦੇ, ਇੱਕ ਜ਼ਬਰ ਮੰਨਦੇ ਹਾਂ। ਅਸੀਂ ਕੱਲ੍ਹ ਨੂੰ ਡੀ ਸੀ ਸਾਹਿਬ ਦਾ ਵੀ ਘਿਰਾਓ ਕਰਾਂਗੇ ਵੀ ਡੀ ਸੀ ਸਾਹਿਬ ਨੇ ਜਾਂ ਉਹਨਾਂ ਨੇ ਅਮਲੇ ਫੈਲੇ ਨੇ ਬਿਨਾਂ ਦੱਸੇ ਬੁੱਸੇ ਇੱਥੇ ਕੀ ਮਤਲਬ ਕਿਸੇ ਪੰਜ ਸਰਪੰਚ ਨੂੰ ਜਾਂ ਨੰਬੜਦਾਰ ਨੂੰ ਕਿਵੇਂ ਕਬਜ਼ਾ ਇੱਥੇ ਦੇਤਾ, ਕਿਵੇਂ ਮਕਾਨ ਢਹਾਤਾ। ਜਿਹੜੀ ਅੱਜ ਦੀ ਇੱਥੇ ਘਟਨਾ ਵਾਪਰੀ ਹੈ ਉਹ ਦੁਖਦਾਇਕ ਘਟਨਾ ਵਾਪਰੀ ਹੈ ਬਹੁਤ। ਇਹ ਕੁੜੀ ਜਿਹੜੀ ਨਹਾ ਰਹੀ ਸੀ ਇੱਥੇ ਕੁੜੀ ਹੈ ਇੱਥੇ, ਅਤੇ ਇਹਦੀ ਮਤਲਬ ਨਹਾਉਂਦੀ ਦੀ ਵੀਡੀਓ ਬਣਾਈ ਗਈ ਹੈ ਅਤੇ ਇਹਦੇ ਨਾਲ ਮਤਲਬ ਗਾਲੀ ਗਲੋਚ ਹੱਥਾਬਾਈ ਕੀਤੀ ਗਈ ਹੈ, ਉਹਦੀ ਸਖ਼ਤ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ ਅਸੀਂ। ਅਤੇ ਬਾਥਰੂਮ ਵਗੈਰਾ ਵੀ ਉਦਣ ਹੀ ਤੋੜੇ ਨੇ, 14 ਤਰੀਕ ਨੂੰ, 15 ਤਰੀਕ ਨੂੰ ਸ਼ਾਮ ਨੂੰ। ਜਿਹੜੀ ਇਹ ਨਜਾਇਜ਼ ਕਾਰਵਾਈ ਹੈ ਇਹਨੂੰ ਅਸੀਂ ਕਾਰਵਾਈ ਨਹੀਂ ਮੰਨਦੇ ਹੈਗੇ, ਨਾ ਕੋਈ ਕਬਜ਼ਾ ਬਰੰਟ ਹੈ। ਅਤੇ ਇਹੋ ਜਿਹੇ ਮਸਲੇ ਬਹਿ ਕੇ ਨਜਿੱਠਣ ਵਾਲੇ ਹੁੰਦੇ ਨੇ, ਪਰ ਇਹ ਇਹਨਾਂ ਦੇ ਘਰ ਪਰਿਵਾਰ ਦਾ ਕੋਈ ਸਦੱਸਿਆ ਨਹੀਂ ਹੈਗਾ ਮਰਦ, ਇਸ ਕਰਕੇ ਇਹਨਾਂ ਦੇ ਮਤਲਬ ਜ਼ੁਲਮ ਹੋ ਰਿਹਾ ਹੈ। ਅਸੀਂ ਕੱਲ੍ਹ ਨੂੰ ਡੀ ਸੀ ਸਾਹਿਬ ਔਰ SSB ਸਾਹਿਬ 'ਤੇ ਧਰਨਾ ਲਾਵਾਂਗੇ। ਡੀ ਸੀ ਸਾਹਿਬ ਨੂੰ ਵੀ ਸਾਰੇ ਅਮਲਿਆਂ ਨੂੰ ਜਿਹੜਾ ਇੱਥੇ ਕਾਰਵਾਈ ਕਰਾ ਕੇ ਗਏ ਨੇ ਉਹਨਾਂ ਨੂੰ ਤਲਵਾਂਗੇ ਸਾਰਿਆਂ ਨੂੰ ਇੱਥੇ, ਵੀ ਜੋ ਵੀ ਕੋਈ ਕਾਨੂੰਗੋ ਹੈ, ਕੋਈ ਪੁਲਿਸ ਬਲ ਦਾ, ਜੋ ਵੀ ਕੋਈ ਇੱਥੇ SDO ਸਾਹਿਬ ਜਿਹਦੀ ਡਿਊਟੀ ਲੱਗੀ ਸੀ, ਜੋ ਵੀ ਆਏ ਨੇ, ਵੀ ਸਾਰੇ ਬਲਾਕ ਉਹਨਾਂ ਨੂੰ ਪਰਚਾ ਕਰਾਵਾਂ, ਸਸਪੈਂਡ ਕਰਾਉਣ ਦੀ ਸਿਫਾਰਸ਼ ਕਰਾਂਗੇ। ਅਸੀਂ ਤੁਹਾਡੇ ਜੇਕਰ ਤੁਹਾਡੇ ਨਾਲ ਸਾਡਾ ਕੋਈ ਉਹ ਹੁੰਦਾ ਠੀਕ, ਅਸੀਂ ਤੁਹਾਨੂੰ ਪੁੱਛਣ ਹੀ ਨਹੀਂ ਆਉਂਦੇ ਸੀ। ਚਲੋ ਬਾਈ ਜੀ, ਅਸੀਂ ਤੁਹਾਡੇ ਸਵਾਲ ਪੁੱਛਣਾ, ਰਿਸਪੈਕਟ ਕਰਦੇ ਹਾਂ। ਬੰਦ ਕਰ। ਕੀ ਨਾਮ ਹੈ ਜੀ ਤੁਹਾਡਾ? ਅਮਨਦੀਪ ਸਿੰਘ ਜੀ, ਭੋਗੀਵਾਲ ਜੀ। ਤੁਹਾਡੇ ਤੇ ਐਲੀਗੇਸ਼ਨ ਇਹ ਲਗਾਇਆ? ਹਾਂਜੀ। ਸੁਬਾ ਸਾਡੇ ਮੈਂ ਬਾਥਰੂਮ ਚ ਨਹਾਉਣ ਲੱਗੇ ਗਈ, ਹਾਂਜੀ, ਸਾਡੀ ਉਹਨਾਂ ਨੇ ਸਾਡੇ ਨਾਲ ਧੱਕਾ ਮੁੱਕੀ, ਧੱਕੇਬਾਜ਼ੀ ਕੀਤੀ, ਸਾਡੀ ਵੀਡੀਓ ਇੱਕ ਬਣਾਈ ਹੈ। ਨਹੀਂ ਜੀ, ਇਹ ਸਰਾਸਰ ਗਲਤ ਗੱਲ ਆ। ਮੈਂ ਇਹ ਕਿਹਾ ਵੀ ਉਹ ਵੀਡੀਓ ਅਸੀਂ ਰਿਕੁਐਸਟ ਕੀਤੀ ਸੀ, ਮੈਂ ਤੁਹਾਡੀ ਭੈਣ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਵੀ ਤੁਸੀਂ ਇਹ ਕੰਮ ਨਾ ਕਰੋ, ਵੀ ਉਹ ਕਹਿੰਦੇ ਵੀ ਜੇਕਰ ਤੁਸੀਂ ਸਾਨੂੰ ਕਬਜ਼ਾ ਨਹੀਂ ਦਿੰਦੇ ਤਾਂ ਅਸੀਂ ਤੁਹਾਡੀ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗੇ। ਇਹ ਫਾਲਸ ਐਲੀਗੇਸ਼ਨਸ ਨੇ ਜੀ, ਇਹ ਝੂਠੇ ਇਲਜ਼ਾਮ ਨੇ ਜੀ। ਕੋਈ ਆਪਦੀ ਭੈਣ ਦੀ ਕੀ, ਉਹ ਤੀਜੇ ਬੰਦੇ ਦੀ ਵੀ ਕੋਈ ਅਜਿਹੀ ਚੀਜ਼ ਨਹੀਂ ਕਰ ਸਕਦਾ ਹੈਗਾ, ਜਿਵੇਂ ਮਰੇ ਹੋਏ ਜ਼ਮੀਰ ਵਾਲਾ ਵੀ ਬੰਦਾ ਨਹੀਂ ਜੀ ਕਰ ਸਕਦਾ ਹੈ। ਹਰਿਸ਼ਪਾਲ ਸਿੰਘ, ਭੋਗੀਵਾਲ, ਊਂ ਟਿੱਬੇ ਦਾ ਐਡਰੈਸ ਆ ਮੇਰਾ ਸਾਰਾ, ਉੱਥੇ ਜ਼ਮੀਨ ਲਈ ਪਿਆ ਔਰ ਭੋਗੀਵਾਲ ਦੋਨੇ ਪਿੰਡਾਂ 'ਚ ਆਪਣਾ ਰਹਿਣ। ਇਹ ਮੇਰੀਆਂ ਪਾਲੀਆਂ ਹੋਈਆਂ ਮੇਰੀਆਂ ਭਤੀਜੀਆਂ ਨੇ, ਇਹ ਜਗ੍ਹਾ ਮੇਰੇ ਅਤੇ ਮੇਰੇ ਭਰਾ ਦੀ ਦੋਨਾਂ ਦੀ ਲਈ ਵੀ ਤੀ 1 ਵਿਘਾ, ਉਹਨੂੰ ਪਰੇ ਛੱਤ ਕੇ ਦੇ ਤੀ, ਮੇਰੀ ਇਹ ਖੁਸ਼ਕ ਪਈ ਤੀ। ਇਹਨਾਂ ਨੂੰ ਵਰਤਣ ਵਾਸਤੇ ਇੱਥੇ ਮਤਲਬ ਦਿੱਤੀ ਹੋਈ ਸੀ ਕੁਛ ਟਾਈਮ ਵਾਸਤੇ, ਉਹ ਇਹਨਾਂ ਨੇ ਆਪਣੀ ਦੱਬਣੀ ਚਾਹੀ, ਇਹ 'ਤੇ ਆਪਾਂ ਕੇਸ ਕਰਿਆ, ਤਕਸੀਮ ਕਰਾਈ, ਉਹਨਾਂ ਪਰ ਆਪਦੇ ਹੱਕ 'ਚ ਕਰਾਏ। ਮਤਲਬ ਇਹ ਗੌਰਮੈਂਟ ਵੱਲੋਂ
केस जित के यदा वरंट कब्जा गौरमेंट ने अपना दवाया, कोई अपने फराड़ गल नहीं है। झूठ बोलते जी, ना आप को मैं पाठ करता सी इतने पंजा बाणी का पाठ करके हटिया, मैं मुंडा बिल्कुल नहीं गया बहर, मुंडा भी मक्की कहीं खेड़ा मार के मुड़िया आ, इन्हों ना कोई लिंक ही नहीं कर। प्रशासन तो ये मंगे कदे बिल्कुल ये छचो छत निचोड़ के जो बंदा दागी उन्होंने सजा मिले। मनप्रीत कौर ने ना कोई अज 112 ते कंप्लेंट की थी। उस कंप्लेंट के संबंध में भी साडा कोई झगड़ा होया, जो भी हुई है उन्होंने गलबात उसके संबंध में साडे एस आई अमरीक सिंह मौके पर गए थे, उन्होंने उत्थे बयान बून लिख लिया, इन्हें जो पड़ताल करके जो कार्रवाई बनती है की जाएगी उन्होंने।